ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਇਸ ਮੌਕੇ ਉਹਨਾਂ ਨੇ ਕਾਂਗਰਸ ਪਾਰਟੀ ਤੇ ਕਈ ਸ਼ਬਦ ਦੇ ਹਮਲੇ ਕੀਤੇ। ਗੁਰਨਾਟੈਕਸ ਦੇ ਮੁੱਦੇ ਤੇ ਬੋਲਦਿਆਂ ਬਾਦਲ ਜੋੜੀ ਨੇ ਕਿਹਾ ਕਿ ਸਰਕਾਰ ਦੇ ਸਤਾਏ ਠੇਕੇਦਾਰਾਂ ਨੇ ਹੁਣ ਹਾਈਕੋਰਟ ਦੇ ਦਰਵਾਜ਼ਾ ਖਟਖੜਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਆਪ ਹੀ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ, ਇਸ ਲਈ ਠੇਕੇਦਾਰਾਂ ਕੋਲ ਹਾਈਕੋਰਟ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਰਿਹਾ। ਇਸ ਸੰਬੰਧੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਾਂਗਰਸ ਸਰਕਾਰ ਦੀ ਪੁਰਾਣੀ ਆਦਤ ਹੈ ਅਤੇ ਉਹ ਇਸ ਆਦਤ ਨੂੰ ਛੱਡ ਨਹੀਂ ਸਕਦੇ। ਉਹਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਲੁੱਟਣ ਦੀ ਆਦਤ ਹੈ। ਇਹਨਾਂ ਨੇ ਸਾਰਾ ਪੂਰੇ ਮੰਤਰੀ MLA ਵਰਕਰ ਤੋਂ ਲੈ ਕੇ ਸਾਰੇ ਲੁੱਟਣ 'ਤੇ ਲੱਗੇ ਹੈ, ਸਾਰਾ ਕੰਮ ਇਲੀਗਲ। ਹੁਣ ਤਾਂ ਤੁਸੀਂ ਦੇਖੋ ਗੁੰਡਾ ਟੈਕਸ ਇੰਨਾ ਵੱਧ ਗਿਆ ਕਿ ਹੁਣ ਕੰਪਨੀਆਂ ਨੇ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖ ਦਿੱਤਾ। ਉਹਨਾਂ ਨੂੰ ਕਾਂਗਰਸ ਦੇ ਗਵਰਨਮੈਂਟ ਦੇ ਕੋਈ ਉਮੀਦ ਨਹੀਂ ਹੁਣ, ਨਹੀਂ ਤਾਂ ਪਹਿਲੇ ਮਿਨਿਸਟਰ ਕੋਲ, ਸਰਕਾਰ ਕੋਲ, DC ਕੋਲ, SSP ਕੋਲ ਉਮੀਦ ਹੁੰਦੀ ਹੈ, ਕਿਉਂਕਿ ਉਹਨੇ ਦੇਖ ਲਿਆ ਕਿ SSP ਜਿਹੜੇ ਮੰਤਰੀ ਹੈ MLA ਉਹੀ ਲੁੱਟਣ ਆ ਗਏ, ਤਾਂ ਉਹਨਾਂ ਕੋਲ ਉਮੀਦ ਇਕੱਲੀ ਹਾਈਕੋਰਟ ਰਹਿ ਗਈ। ਉਹ ਹਾਈਕੋਰਟ ਦੇ ਚੀਫ ਜਸਟਿਸ ਉਹਨਾਂ ਨੇ ਅਪੀਲ ਕੀਤੀ ਹੈ। ਕਰਪਸ਼ਨ ਕਰਨੀ ਕਾਂਗਰਸ ਦੀ ਪੁਰਾਣੀ ਆਦਤ ਹੈ, ਛੱਡ ਨਹੀਂ ਸਕਦੇ, ਇਹਨਾਂ ਦੇ ਨਾਲ ਬਿਮਾਰੀ ਹੈ। ਭਾਵੇਂ ਕੇਂਦਰ ਦੀ ਕਾਂਗਰਸ ਸਰਕਾਰ ਹੋਏ, ਭਾਵੇਂ ਇੱਥੇ ਦੀ ਕਾਂਗਰਸ ਸਰਕਾਰ, ਇਹਨਾਂ ਨੂੰ ਲੁੱਟਣ ਦੀ ਆਦਤ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਖਜ਼ਾਨਾ ਖਾ ਲਈਏ। ਇਹਨਾਂ ਦੇ ਮੰਤਰੀ ਦੇ ਨੌਕਰ ਤਾਂ 35-35 ਕਰੋੜ ਦੇ ਰੇਤੇ ਦੇ ਠੇਕੇ ਲੈ ਰਹੇ ਨੇ, ਲੱਖਾਂ ਦਾ ਗੁੰਡਾ ਟੈਕਸ, ਰਿਫਾਈਨਰੀ ਵਰਗੇ ਲੋਕ ਅੱਜ ਚੀਫ ਜਸਟਿਸ ਆਫ ਹਰਿਆਣਾ ਹਾਈਕੋਰਟ ਨੂੰ ਲਿਖ ਰਹੇ ਨੇ ਕਿ ਹਰ ਟਰੱਕ ਦੇ ਨਾਲ ਹਜ਼ਾਰਾਂ ਲੱਖਾਂ ਦੇ ਪੈਸੇ ਸਾਨੂੰ ਲੁੱਟਿਆ ਜਾ ਰਿਹਾ ਇਹਨਾਂ ਦੇ ਮੰਤਰੀਆਂ ਤੋਂ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।